ਸਤਿਗੁਰੂ ਦੋਸਤੋ ਉਦਿਆਨ ਐਕਸਪ੍ਰੈਸ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪਾਕਿਸਤਾਨ 'ਚ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ 'ਚ ਨਤਮਸਤਕ ਹੋਣ ਲਈ ਅੱਜ ਸਵੇਰ ਤੋਂ ਹੀ ਰਾਜਨੀਤਿਕ ਲੀਡਰਾਂ ਅਤੇ ਸੰਗਤਾਂ ਦਾ ਆਣਾ ਦੇਖਣ ਨੂੰ ਮਿਲਿਆ। ਉੱਥੇ ਹੀ ਪਹਿਲਾਂ ਭਾਜਪਾ ਦੇ 21 ਮੈਂਬਰਾਂ ਦਾ ਜੱਥਾ ਰਵਾਨਾ ਹੋਇਆ। ਉੱਥੇ ਹੀ ਭਾਜਪਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦਿੱਤੀ ਪੱਤਰਕਾਰਾਂ ਨੂੰ ਜਾਣਕਾਰੀ। ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਪਰਿਵਾਰ ਦੇ ਨਾਲ ਕਰਤਾਰਪੁਰ ਕੋਰੀਡੋਰ ਪੁੱਜੇ ਅਤੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਅਤੇ ਆਪਣੇ ਪਰਿਵਾਰ ਅਤੇ ਉਹਨਾਂ ਦੇ ਨਾਲ ਹੋਰਨਾਂ ਪੰਜਾਬ ਦੇ ਮੰਤਰੀ ਵਿਜੇ ਇੰਦਰ ਸਿੰਗਲਾ, ਰਾਣਾ ਗੁਰਜੀਤ ਸਿੰਘ, ਮਨਪ੍ਰੀਤ ਬਾਦਲ ਅਤੇ ਇਸ ਦੇ ਨਾਲ ਹੀ ਪੰਜਾਬ ਸਰਕਾਰ ਦੇ ਕੁਝ ਅਧਿਕਾਰੀ ਅਤੇ MLA ਵੀ ਸ਼ਾਮਿਲ ਹੋਏ। इस तो इलावा गुरु नानक नामदेवा संगत भी पाकिस्तान के गुरुद्वारा श्री करतारपुर साहिब नतमस्तक होने लई रवाना हुई। ਵਿੱਚ ਬਹੁਤ ਖੁਸ਼ੀ ਆ, ਦੂਜੀ ਵਾਰ ਜਾਣ ਦਾ ਮੌਕਾ ਮਿਲ ਰਿਹਾ। ਪਹਿਲੀ ਵਾਰ ਵੀ ਗਏ ਸੀਗੇ, ਲੇਕਿਨ ਬਦਕਿਸਮਤੀ ਰਹੀ ਸਾਡੇ ਦੋਵੇਂ ਮੁਲਕਾਂ ਦੀ ਕਿ ਅਸੀਂ ਕੁਛ ਦੇਰ ਲਾਂਘਾ ਬੰਦ ਰਿਹਾ। ਲਾਂਘਾ ਖੁੱਲ੍ਹਣ ਦੀ ਖੁਸ਼ੀ ਨਾ ਕੇਵਲ ਸਾਨੂੰ ਬਲਕਿ ਸਾਰੇ ਗੁਰੂ ਨਾਨਕ ਨਾਮ ਲੇਵਾ ਜਿੰਨੇ ਲੋਕ ਨੇ ਉਹਨਾਂ ਨੂੰ ਬਹੁਤ ਖੁਸ਼ੀ ਹੈ। ਔਰ ਇਹ ਲਾਂਘਾ ਖੁੱਲ੍ਹਾ ਰਹਿਣਾ ਚਾਹੀਦਾ, ਬਾਬਾ ਜੀ ਦੇ ਦਰਸ਼ਨ ਜਿਹੜਾ ਜਦੋਂ ਕਰਨਾ ਚਾਹੇ ਉਹ ਕਰਿਆ। ਸਰ, ਕੀ ਮੰਜ ਅਰਦਾਸ ਲੈ ਕੇ ਜਾ ਰਹੇ ਹੋ ਅੱਜ? ਮਨ ਦੇ ਵਿੱਚ ਅਰਦਾਸ ਹੈ ਕਿ ਪੰਜਾਬੀ ਜਿੱਥੇ ਵੀ ਵਸਦੇ ਆ ਔਰ ਪੰਜਾਬ ਸਾਡਾ ਹੱਸਦਾ ਖੇਡਦਾ ਵਸੇ, ਪੰਜਾਬ ਤਰੱਕੀ ਕਰੇ, ਪੰਜਾਬ ਔਰ ਹਿੰਦੁਸਤਾਨ ਔਰ ਪਾਕਿਸਤਾਨ ਦੇ ਸੰਬੰਧ ਅੱਛੇ ਹੋਣ। ਕਿਉਂ? ਕਿਉਂਕਿ ਸਾਡਾ ਜਿਹੜਾ ਟ੍ਰੇਡ ਹੈ, ਲੈਂਡ ਲੋਕ ਸਟੇਟ ਹੈ ਸਾਡੀ ਪੰਜਾਬ, ਔਰ ਲੈਂਡ ਲੋਕ ਸਟੇਟ ਨੂੰ ਇੱਕ ਜਗ੍ਹਾ ਮਿਲਦੀ ਮਾਰਕੀਟਿੰਗ ਕਰਨ ਦੀ। ਸਾਡਾ ਕਲਚਰ ਇੱਕ ਆ, ਸਾਡਾ ਪਹਿਰਾਵਾ ਇੱਕ ਆ, ਸਾਡੀ ਬੋਲੀ ਇੱਕ ਆ, ਔਰ ਇੱਧਰੋਂ ਯੂਰਪ ਤਾਂ ਹੀ ਇੱਕ ਸਮੇਂ ਆਉਣਾ ਕਿ ਯੂਰਪ ਤਾਂ ਹੀ ਟ੍ਰੇਡ ਹੋਣਾ। ਅਤੇ ਜੇ ਸੰਬੰਧ ਚੰਗੇ ਹੋਣਗੇ ਤਾਂ ਹੀ ਨਾ, ਸੰਬੰਧਾਂ ਦੀ ਬਰਦਾਸ਼ਤ ਕਰਨੀ ਕਿ ਚੰਗੇ। ਮੈਂ ਤਾਂ ਇਸ ਵੇਲੇ ਇਕੱਲਾ ਹੀ ਹੋ ਸਕਦਾ ਵਾਪਸ ਆ ਜਾਵਾਂ, ਮੇਰੀ ਹਾਲੇ ਕਲੀਅਰੈਂਸ ਨਹੀਂ ਹੋਈ। ਮੈਂ ਤਾਂ ਆਪਣਾ ਦੱਸ ਸਕਦਾ। ਪ੍ਰਧਾਨ ਮੰਤਰੀ ਜੀ ਕੇ ਸਾਥ ਬਾਤ ਕਰਕੇ ਲਾਂਘਾ ਕੋਸ਼ਿਸ਼ ਕੀ? ਸਰ, ਜਿਸ ਤਰ੍ਹਾਂ ਸਿੱਧੂ, ਨਵਜੋਤ ਸਿੰਘ ਸਿੱਧੂ, ਉਨਕੋ ਪਰਮਿਸ਼ਨ ਨਹੀਂ ਮਿਲਾ ਹੈ ਅਭੀ? ਮੇਰੇ ਕੋ ਨਹੀਂ ਮਾਲੂਮ, ਇਸ ਬਾਤ ਕਾ ਮੇਰੇ ਕੋ ਨਹੀਂ ਮਾਲੂਮ। ਅਭੀ ਤੋ ਹਮ ਜਾ ਰਹੇ ਹੈਂ, ਪਤਾ ਨਹੀਂ ਵਹਾਂ ਕਿਤਨੀ ਕਿਨ ਲੋਕੋ ਕੀ ਪਰਮਿਸ਼ਨ ਹੋਗੀ, ਕਿਨ ਕਿਨੋ ਕੀ, ਹਮਾਰਾ ਵੀ ਪਤਾ ਨਹੀਂ ਕਿ ਹੈ ਪਰਮਿਸ਼ਨ ਕਿ ਨਹੀਂ ਹੈ, ਲੇਕਿਨ ਹਮ ਜਾਏਂਗੇ ਵਹੀਂ ਪਤਾ ਚਲੇਗਾ ਪਰਮਿਸ਼ਨ ਕੌਣ ਪਰਮਿਟਿਡ ਹੈ ਕੌਣ ਨਹੀਂ। ਸਰ, ਕੀ ਅਰਦਾਸ ਲੈ ਕੇ ਜਾ ਰਹੇ ਹੋ? ਚਲੀਏ ਜੀ, ਥੈਂਕ ਯੂ, ਚਲੋ ਜੀ। ਗੁਰੂ ਨਾਨਕ ਨਾਮ ਲੇਵਾ ਹੋਣ ਦੇ ਨਾਤੇ ਇੱਕ ਸਿੱਖ ਦੇ ਤੌਰ 'ਤੇ ਜਦੋਂ ਉਹ ਨਗਰੀ ਜਿਹੜੀ ਗੁਰੂ ਨਾਨਕ ਪਾਤਸ਼ਾਹ ਹਜ਼ੂਰ ਨੇ ਜੀਵਨ ਦੇ ਵਿੱਚ ਸਾਰੇ ਸੰਸਾਰ ਦਾ ਭ੍ਰਮਣ ਕਰਨ ਤੋਂ ਬਾਅਦ ਵਸਾਈ ਅਤੇ ਜਿੱਥੇ ਇੱਕ ਐਸੀ ਜੀਵਨ ਜੁਗਤ ਦਿੱਤੀ ਜਿਹੜੀ ਮਨੁੱਖ ਦਾ ਲੋਕ ਸੁਖੀ ਆ, ਪਰਲੋਕ ਸੁਹੇਲਾ ਕਰਨ ਵਾਲੀ, ਉਸ ਅਸਥਾਨ 'ਤੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਆਪ ਕਿਰਤ ਕੀਤੀ ਅਤੇ ਨਾਲ ਕੀਰਤ ਦੀ ਆਪ ਕਮਾਈ ਕਰਕੇ ਸਾਨੂੰ ਘਾਲ ਖਾ ਇੱਕ ਛੱਥੋਂ ਦੇ ਦੀ ਵੀ ਅਗਵਾਈ ਦਿੱਤੀ ਅਤੇ ਨਾਲ ਹੀ ਸ਼ੁਕਰ ਕਰਨ ਦੀ, ਸਾਰਿਆਂ ਨਾਲ ਮਿਲ ਬੈਠ ਕੇ ਉਸ ਪਰਮ ਪਿਤਾ ਪਰਮਾਤਮਾ ਦਾ ਪਿਆਰ ਅਤੇ ਨਾਲ ਹੀ ਕਿਰਤ ਦੀ ਦਾਤ ਜਿਹੜੀ ਵੰਡ ਕੇ ਛਕਣ ਦੀ, ਇੱਥੇ ਉਹਨਾਂ ਨੇ ਆਪ ਅਮਲੀ ਤੌਰ 'ਤੇ ਕਰਕੇ ਦਿਖਾਈ। ਸੋ ਇਸ ਧਰਤੀ ਦੀ ਚਰਨ ਧੂੜ ਲੈਣਾ ਹਰ ਗੁਰਸਿੱਖ ਵਾਸਤੇ ਬਹੁਤ ਵੱਡੀ ਖੁਸ਼ਕਿਸਮਤੀ ਵੀ ਹੈ। ਔਰ ਇੱਥੋਂ ਜਦੋਂ ਚਰਨ ਧੂੜ ਮਿਲਣੀ ਹੈ ਤਾਂ ਕੁਦਰਤੀ ਗੱਲ ਹੈ, ਉਹ ਆਪਣੇ ਆਪ ਦੇ ਵਿੱਚ ਇੰਨਾ ਸੁੱਚਾ ਜਿਹਾ ਵਲਵਲਾ ਹੈ ਜਿਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਕਿਆ ਚਾਹੁੰਦੇ ਹੋ? ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸ਼ੁਭ ਦਿਹਾੜੇ 'ਤੇ ਮੈਂ ਆਪਣੇ ਪਰਿਵਾਰ ਦੇ ਨਾਲ ਅੱਜ ਸਾਰੇ ਇਲਾਕੇ ਨੂੰ, ਸੂਬੇ ਦੇ ਲੋਕਾਂ ਨੂੰ, ਦੇਸ਼ ਭਰ ਦੀ ਲੋਕਾਂ ਨੂੰ ਅੱਜ ਗੁਰਪੁਰਬ ਦੇ ਇਸ ਸ਼ੁਭ ਦਿਹਾੜੇ 'ਤੇ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਔਰ ਪਰਮ ਪਿਤਾ ਪਰਮਾਤਮਾ ਦੇ ਚਰਨਾਂ 'ਚ ਇਹੀ ਅਰਦਾਸ ਕਰਦਾ ਕਿ ਸਾਨੂੰ ਸਾਰਿਆਂ ਨੂੰ ਜੋ ਗੁਰੂ ਸਾਹਿਬ ਨੇ ਸੁਨੇਹਾ ਦਿੱਤਾ ਸੀ ਆਪਸੀ ਭਾਈਚਾਰੇ ਦਾ, ਸਾਂਝ ਦਾ, ਪਿਆਰ ਦਾ, ਉਸ ਨੂੰ ਬਰਕਰਾਰ ਕਰਨ ਵਾਸਤੇ ਔਰ ਉਸ ਸੁਨੇਹੇ ਨੂੰ ਅਸੀਂ ਇਕੱਲੇ ਇਕੱਲੇ ਜਗ੍ਹਾ ਤੱਕ ਪਹੁੰਚਾ ਸਕੀਏ। ਔਰ ਧੰਨਵਾਦ ਕਰਦਾ ਸੰਗਰੂਰ ਦੀ ਜਨਤਾ ਦਾ, ਖਾਸ ਤੌਰ 'ਤੇ ਜਿਨ੍ਹਾਂ ਨੇ ਇਸ ਨਿਮਾਣੇ ਜਿਹੇ ਗੁਰੂ ਦੇ ਸੇਵਕ ਨੂੰ ਕਾਬਲ ਬਣਾਇਆ, ਅੱਜ ਦੂਜੀ ਵਾਰ ਆਪਣੇ ਪਰਿਵਾਰ ਸਮੇਤ ਕਰਤਾਰਪੁਰ ਸਾਹਿਬ ਜਾਣ ਦਾ ਮੈਨੂੰ ਮੌਕਾ ਮਿਲਿਆ ਔਰ ਹਜ਼ਾਰਾਂ ਲੋਕਾਂ ਦੀਆਂ ਅਰਦਾਸਾਂ ਲੈ ਕੇ, ਉਹਨਾਂ ਦੇ ਮਨ ਦੀਆਂ ਭਾਵਨਾਵਾਂ ਲੈ ਕੇ,
उन्हां दे चंगे भविख वास्ते, उन्हां दे बच्चों की तरक्की वास्ते, उन्हां दी आमदन की तरक्की वास्ते अज गुरु साहब के चरणों च जाके मैं अरदास करनी है। और मैं यही बेनती करदा कि आप सारे जो गुरु साहब वालों सुनेहा पहला आपां नूं मिलिया आपसी भाईचारक सांझ ते प्यार दा, उन्हूं आपां सारे वक् वक् जगह ते लैके चलांगे। और ये कोरीडोर खुला रहे, हज़ारां लोगों की जिहड़ी अरदास है अज वह कबूल की गई है। तो बहुत सारे लोग जिहड़े उरे पहला बार्डर ते खड़े होके गुरुद्वारा साहब के दर्शन करते सी, उन्हां नूं आने वाले समय च उत्थे जा के दर्शन करन दा मौका मिलेगा। कोविड करके ये बंद हो गया सीगा, तो अज ये कोविड तो बाद खुले है, तो मैनू खुशी है कि अज बहुत सारी संगत नूं उरे जाण दा दर्शन दीदार करन दा मौका मिलेगा। जिला साहब जी किन्ने लोग जा रहे ने, अज किन्ने मंत्री ने इस डेलीगेशन? देखो बहुत सारे लोगों ने मंजूरी मंगी सी, तो भारत सरकार ने तीन चार दिनों के उपर स्टैगर्ड तरीके मंजूरी दी है। अज मुख्यमंत्री साहब के नाल तीन चार वजीर साहबानों ते काफ़ी ऑफिसर साहबानू अज मंजूरी मिली है, कुछ एम एल ए साहबानू मिली है, और किसी तरीके कलू भी कुछ वजीर साहबान ते एम एल एज़ दे नाल कुछ ऑफिसर्स ते कुछ लोगों मंजूरी मिली है। इस तरीके दिनों के बहुत सारे लोगों वंड के मंजूरी भारत सरकार ने दी है। मकसद सब का एको ही है कि असी सारे उत्थे जाके दर्शन कर सकीए, उत्थे जाके आशीर्वाद ले सकीए, ते पंजाब दी तरक्की वास्ते ते पंजाब दे लोगां दी तरक्की वास्ते अरदासां कर सकीए। नवजोत सिंह सिद्धू साहब नूं भी मंजूरी मिली है, सारयां नूं मिली है, पर वो फेज्ड मैनर च मिली है। मैं पहले कहा साहब सारे कैबिनेट मंत्री इकट्ठे नहीं आ रहे, अलग अलग आ रहे हो, की कारण? यार सारे अड्ड जगह तो आ रहे हैं, हाउ डज इट मैटर, क्योंकि मैं अपनी फैमिली के नाल आ रहे हैं यार। तो अपना कोई बीजेपी लीडरशिप जी है पहले मत्था टेकने के लिए अंदर पहुंची है, की कहना चाहोगे? ये कोई फर्क नहीं पैंदा यार, इमीग्रेशन के उपर बहुत सारे जगह के लोगों को टाइम मिलता है, कोई पहला चलेगा कोई बाद चलेगा।